ਜਿਹੜਾ ਅਸੀਂ ਖਰਚਾ ਪ੍ਰਗਟ ਕੀਤਾ ਸੀ ਇਲੈਕਸ਼ਨ ਕਮਿਸ਼ਨ ਨੂੰ ਕੱਲ੍ਹ ਚਿੱਠੀ ਦੇ ਕੇ, ਉਹ ਬਿਲਕੁਲ ਸਾਡਾ ਖਰਚਾ ਜਿਹੜਾ ਉਹ ਸੱਚ ਜਾ ਹੋ ਰਿਹਾ। ਨੋਮੀਨੇਸ਼ਨ ਦੀ ਪ੍ਰਕਿਰਿਆ ਕੱਲ੍ਹ ਸ਼ੁਰੂ ਹੋ ਗਈ ਸੀ, ਪਰ ਹਾਲੇ ਤੱਕ ਮੇਰੇ ਕੋਲ 13 ਵਿਧਾਨ ਸਭਾ ਹਲਕਿਆਂ ਤੋਂ ਇਨਫੋਰਮੇਸ਼ਨ ਆ ਗਈ ਹੈ ਜਿਹਦੇ ਵਿੱਚ ਜਾਂ ਤਾਂ ਵੋਟਰ ਸੂਚੀਆਂ ਨਹੀਂ ਮਿਲ ਰਹੀਆਂ ਜਾਂ ਜਾਣਬੁੱਝ ਕੇ NOC ਨਹੀਂ ਦਿੱਤੇ ਜਾ ਰਹੇ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਹੈਗੀ ਆ BDOs ਔਰ ਬਾਕੀ ਅਫਸਰ ਜਿਹੜੇ ਆ STM ਵਗੈਰਾ, ਉਹ ਆਪਣੇ ਦਫ਼ਤਰਾਂ ਦੇ ਵਿੱਚ ਨਹੀਂ ਬੈਠ ਰਹੇ, ਕੋਈ ਉੱਥੇ ਉਹਨਾਂ ਦਾ ਸਪੋਰਟਿੰਗ ਸਟਾਫ ਨਹੀਂ ਬੈਠ ਰਿਹਾ। ਔਰ ਇੱਥੋਂ ਤੱਕ ਹੈ ਕਿ ਸਾਡੇ ਵਰਕਰਾਂ ਨੇ ਫੋਟੋ ਖਿੱਚ ਕੇ ਮੈਨੂੰ ਵੀਡੀਓ ਬਣਾ ਕੇ ਦਫ਼ਤਰ ਦੀਆਂ ਭੇਜੀਆਂ ਕਿ ਦੇਖੋ ਸਾਰਾ ਸਟਾਫ ਜਿਹੜਾ ਕੁਰਸੀਆਂ ਖਾਲੀ ਪਈਆਂ, ਇੱਕ ਵੀ ਬੰਦਾ ਜੋ ਇਲੈਕਸ਼ਨ ਦੇ ਹੁਕਮਾਂ ਦੇ ਮੁਤਾਬਕ ਉੱਥੇ ਦਫ਼ਤਰਾਂ ਦੇ ਵਿੱਚ ਬੈਠਣਾ ਚਾਹੀਦਾ। ਇਲੈਕਸ਼ਨ ਡਿਊਟੀ ਵਾਸਤੇ ਵੀ ਆਪਣੀ ਡਿਊਟੀ 'ਤੇ ਸੀਟਾਂ 'ਤੇ ਬਰਾਬਰ ਨਹੀਂ। ਮੈਂ ਸਮਝਦਾ ਕਿ ਇਹ ਜਿਹੜੀ ਵਾਇਓਲੇਸ਼ਨ ਹੈ ਬਹੁਤ ਵੱਡੀ ਵਾਇਓਲੇਸ਼ਨ ਹੈ, ਔਰ ਇਹਦੇ ਨਾਲ ਜਿਹੜੀ ਹੈ ਇਲੈਕਸ਼ਨ ਦਾ ਪ੍ਰੋਸੈਸ ਜਿਹੜੀ ਹੈ ਉਹ ਪ੍ਰਭਾਵਿਤ ਹੋਏਗੀ, ਸਾਡੇ ਉਮੀਦਵਾਰਾਂ ਨੂੰ ਆਪੋਜੀਸ਼ਨ ਦੇ ਹੋਰ ਉਮੀਦਵਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ। ਕੱਲ੍ਹ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਇਹ ਖਰਚਾ ਜਾਹਰ ਕੀਤਾ ਸੀ, ਦਿੱਤੀ ਰਿਕੁਐਸਟ ਭੇਜੀ ਸੀ, ਪਰ ਉਹਦੇ ਬਾਵਜੂਦ ਇਹ 13 ਜਗ੍ਹਾ ਜਿਹਦੇ ਵਿੱਚ ਹਲਕਾ ਅਟਾਰੀ ਦੇ ਵਿੱਚ ਹੈ, ਇਸੇ ਤਰ੍ਹਾਂ ਸੰਦੂਰਗੜ੍ਹ ਦੇ ਵਿੱਚ ਹੈ, ਕਾਦੀਆਂ ਦੇ ਵਿੱਚ ਹੈ, ਗਿੱਦੜਬਾਹਾ ਦੇ ਵਿੱਚ ਹੈ, ਵਜੀਦਪੁਰ ਜ਼ੋਨ ਹੈ, ਇੱਦਾਂ ਬਲਾਕ ਸੰਮਤੀ ਖੰਨਾ, ਨਵਾਂਸ਼ਹਿਰ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ, ਬਲਾਕ ਨਵਾਂਸ਼ਹਿਰ ਦੇ ਵਿੱਚ, ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਵਿੱਚ ਹੈ, ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਵਿੱਚ ਹੈ, ਕਲਾਨੌਰ, ਕਾਹਨੂੰਵਾਨ, ਧਾਲੀਵਾਲ। ਪਹਿਲੇ ਦਿਨ ਹੀ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਰਿਪੋਰਟਾਂ ਆਈਆਂ। ਮੈਂ ਇਲੈਕਸ਼ਨ ਕਮਿਸ਼ਨ ਨੂੰ ਫਿਰ ਅੱਜ ਰਿਕੁਐਸਟ ਭੇਜੀ ਹੈ ਦਿੱਤੀ ਕਿ ਸਖ਼ਤੀ ਦੇ ਨਾਲ ਕਾਰਵਾਈ ਕਰੋ, ਸਾਰੇ ਅਫਸਰਾਂ ਨੂੰ ਪਾਬੰਦ ਕਰੋ ਕਿ ਉਹ ਦਫ਼ਤਰਾਂ ਦੇ ਵਿੱਚ ਬੈਠਣ, NOC ਬਣਾਉਣ, ਸਰਟੀਫਿਕੇਟ ਬਣਾਉਣ, ਲੋਕਾਂ ਨੂੰ ਵੋਟਰ ਸੂਚੀਆਂ ਜਾਰੀ ਕਰਨ ਅਤੇ ਹੋਰ ਜਿਹੜੀਆਂ ਚੀਜ਼ਾਂ ਇਲੈਕਸ਼ਨ ਵਾਸਤੇ ਜ਼ਰੂਰੀ ਹੁੰਦੀਆਂ ਉਹ ਜਾਰੀ ਕਰਨ।